ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਬੀਤੇ ਦਿਨੇ ਗਿੱਲ ਰੋਡ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਨੇੜੇ ਇੱਕ ਜਿਊਲਰੀ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਜਗਦੀਸ਼ ਕੁਮਾਰ ਨੂੰ ਡਰਾ ਧਮਕਾ ਕੇ ਉਸ ਦੇ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟ ਲਏ ਗਏ ਸਨ ਅਤੇ ਗਿਰੋਹ ਦੇ 2 ਮੈਂਬਰਾਂ ਦੀ ਗ੍ਰਿਫਤਾਰੀ ਹਾਲੇ ਵੀ ਬਾਕੀ ਹੈ, ਜਦੋਂ ਕਿ ਬਾਕੀ 5 ਗ੍ਰਿਫਤਾਰ ਕਰ ਲਏ ਗਏ ਹਨ ਅਤੇ ਪੁਲਿਸ ਨੇ ਦੱਸਿਆ ਕਿ ਇਹਨਾਂ ਦਾ ਰਿਕਾਰਡ ਕਾਫੀ ਮਾੜਾ ਹੈ, ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹਨਾਂ ਦੇ ਵਿੱਚੋਂ 2 ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਜੋ ਦਿੱਲੀ ਦੇ ਵਿੱਚ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਇਹ ਇੰਟਰਸਟੇਟ ਗੈਂਗ ਹੈ। ਜਸਕਿਰਨਜੀਤ ਸਿੰਘ 3 ਜੁਆਇੰਟ ਕਮਿਸ਼ਨ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਬਾਕੀ 2 ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ 14 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਸ਼ਾਮ ਦੇ ਵੇਲੇ, ਗਿੱਲ ਪਿੰਡ ਦੇ ਕੋਲ ਇੱਕ ਸੁਨਿਆਰੇ ਦੀ ਦੁਕਾਨ 'ਤੇ ਸ਼ਾਮ ਨੂੰ 6 ਜਣਿਆਂ ਨੇ ਵੈਪਨ ਦੇ ਨਾਲ ਦੁਕਾਨ ਦੇ ਵਿੱਚ ਸੁਨਿਆਰੇ ਦੇ ਲੁੱਟ ਕੀਤੀ ਸੀ, ਜਿਹ 'ਚ ਉਹਦੇ ਤਕਰੀਬਨ 3 ਕਿਲੋ ਚਾਂਦੀ ਅਤੇ ਕੁਛ ਸੋਨੇ ਦੇ ਗਹਿਣੇ ਅਤੇ ਉਹ ਉੱਥੋਂ ਲੈ ਗਏ ਸੀ ਅਤੇ ਨਾਲ ਉਹਨਾਂ ਨੇ ਉੱਥੇ ਫਾਇਰ ਕੀਤਾ ਸੀ। ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਸਾਡੇ ਮਾਣਯੋਗ CP ਸਾਹਿਬ ਦੇ ਜਿਹੜੀਆਂ ਡਾਇਰੈਕਸ਼ਨ ਸੀ ਉਹਦੇ ਵਿੱਚ ਸਾਡੀ ਟੀਮ ਨੇ ADCP 2 ਸੁਹੇਲ ਮੀਰ, ACP South ਗੁਰਕਬਾਲ ਸਿੰਘ, SHO ਸਦਰ ਅਤੇ ਇੰਚਾਰਜ CI ਕੁਲਵੰਤ ਅਤੇ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਇਹ ਲੋਕ ਜਿਹੜੇ 5 ਦੋਸ਼ੀ ਅੱਜ ਜਿਹੜੇ ਗ੍ਰਿਫਤਾਰ ਕੀਤੇ ਆ ਅਤੇ ਇਹਨਾਂ ਦੇ ਕੋਲੋਂ ਆਲਮੋਸਟ ਸਾਰੀ ਚਾਂਦੀ ਪਲੱਸ ਸੋਨੇ ਦੇ ਗਹਿਣੇ ਅਤੇ 3 ਵੈਪਨ ਅਤੇ ਵਾਰਦਾਤ 'ਚ ਵਰਤੀ ਹੋਈ ਕਾਰ ਅਤੇ ਮੋਟਰਸਾਈਕਲ ਉਹ ਸਾਰਾ ਬਰਾਮਦ ਕਰ ਗਿਆ। ਇਹਨਾਂ ਦੇ ਵਿੱਚੋਂ ਜਿਹੜੇ 5 ਵਿਅਕਤੀ ਫੜੇ ਆ ਇਹਨਾਂ 'ਚੋਂ 2 ਜਣੇ ਦਿੱਲੀ ਦੇ ਰਹਿਣ ਵਾਲੇ ਆ, ਬਾਕੀ ਜਿਹੜੇ ਆ ਲੁਧਿਆਣੇ ਦੇ ਰਹਿਣ ਵਾਲੇ ਆ। ਤਾਂ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ, ਇਹਨਾਂ ਦੇ ਖਿਲਾਫ਼ ਵੱਖ ਵੱਖ ਥਾਣਿਆਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਜਿਹੜਾ ਮੁਕੱਦਮੇ ਦਰਜ ਆ ਅਤੇ ਇਹ ਡੈਸਪਰੇਟ ਬੰਦੇ ਆ ਅਤੇ ਵਾਰਦਾਤਾਂ ਕਰਨ ਦੇ ਆਦੀ। ਯੈਸ, ਇੰਟਰਸਟੇਟ ਹੀ ਇਹਨਾਂ ਦੇ ਜਿਹੜੇ ਮੁਕੱਦਮੇ ਪੰਜਾਬ 'ਚ ਵੀ ਹੁਣ ਦਰਜ ਆ ਅਤੇ ਇਹਨਾਂ ਦੇ ਦਿੱਲੀ 'ਚ ਵੀ, ਆਊਟ ਆਫ ਸਟੇਟ ਵੀ ਦਰਜ ਆ ਅਤੇ ਇੰਟਰਸਟੇਟ ਗੈਂਗ ਆ। ਔਰ ਇੱਥੇ ਵਾਰਦਾਤ ਕਰਕੇ ਇਮੀਡੀਏਟਲੀ ਇਹ ਜਿਹੜਾ ਆਪਣੇ ਦਿੱਲੀ ਉੱਥੇ ਜਿਹੜਾ ਇਹ ਭੱਜ ਗਏ ਸੀ। ਉਹ ਤੋਂ ਬਾਅਦ ਸਾਡੀ ਟੀਮ ਨੇ ਬੜੇ ਅੱਛੀ ਤਰ੍ਹਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਤੇ ਇਹਨਾਂ ਦੇ ਵਿੱਚੋਂ ਅਸੀਂ 5 ਦੋਸ਼ੀ ਗ੍ਰਿਫਤਾਰ ਕਰ ਲਏ। ਹਜੇ ਜਿਹੜੇ 2 ਦੋਸ਼ੀ ਹੁਣ ਸਾਨੂੰ ਹੋਰ ਵਾਂਟਡ ਆ ਜਿਹੜੇ ਫਰਾਰ ਆ, ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਾਂ। ਦੇਖੋ, ਹਜੇ ਜਿਹੜੇ ਇਹ 5 ਜਣੇ ਆ ਇਹਨਾਂ ਨੂੰ ਅਸੀਂ ਹੁਣ ਰਿਮਾਂਡ ਲਿਆ ਅਤੇ ਥੋਰਲੀ ਅੱਗੇ ਇਨਵੈਸਟੀਗੇਸ਼ਨ ਕਰਾਂਗੇ। ਇਹ ਸਾਰੇ ਤਕਰੀਬਨ 20-21 ਸਾਲ ਦੀ ਇਹਨਾਂ ਦੀ ਏਜ ਹੈ ਅਤੇ 10 ਤੋਂ 11 ਇਹਨਾਂ ਪੜ੍ਹੇ ਹੋਏ ਆ, ਇੰਨੀ ਕੁ ਇਹਨਾਂ ਦੀ ਕੁਆਲੀਫਿਕੇਸ਼ਨ ਹੈ। ਤਾਂ ਇਹ ਕ੍ਰਾਈਮ ਦੇ ਆਦੀ ਆ, ਇਹਨਾਂ ਦਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਖਿਲਾਫ਼ ਮੁਕੱਦਮੇ ਦਰਜ ਆ। ਅਤੇ ਦੇਖੋ, ਇਹ ਇਹਨਾਂ ਦੀ ਜਿਹੜੀ ਹੁਣ ਤੱਕ ਦੱਸਣ ਮੁਤਾਬਿਕ ਹੈ ਵੀ ਅਸੀਂ MP ਤੋਂ ਲੈ ਕੇ ਆਏ ਹਾਂ, ਪਰ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ, ਡਿਊਰਿੰਗ ਰਿਮਾਂਡ ਅਸੀਂ ਇਹਨੂੰ ਥੋਰਲੀ ਵੈਰੀਫਾਈ ਕਰਾਂਗੇ ਡੀਪਲੀ, ਸਖਤੀ ਨਾਲ, ਵੀ ਇਹ ਵੈਪਨ ਕਿੱਥੋਂ ਆਏ ਅਤੇ ਜਿਹੜਾ ਪਿੱਛੇ ਵੀ ਜਿਹੜਾ ਉਹਨੂੰ ਅਸੀਂ ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ਼ ਵੀ ਜਗਬੰਦੀ ਕਰ ਲਈ। ਨਹੀਂ, ਇਹਨਾਂ ਦੇ ਜਿਹੜਾ ਦਿੱਲੀ ਵਾਲੇ ਆ ਇਹਨਾਂ ਦੀ ਜਿਹੜੀ ਇੱਥੇ ਵਾਰਦਾਤ ਆ, ਜਿਹੜੇ ਇਹਨਾਂ 'ਚੋਂ 2 ਲੁਧਿਆਣੇ ਦੇ ਆ, ਉਹਨਾਂ ਦਾ ਇੱਥੇ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹਨਾਂ ਦੇ ਖਿਲਾਫ਼ ਪਹਿਲਾਂ 387 ਵਗੈਰਾ ਦੇ ਮੁਕੱਦਮੇ। ਇਹਨਾਂ ਦੇ ਦੋਸ਼ੀਆਂ 'ਚੋਂ ਇੱਕ ਦੋਸ਼ੀ ਜਿਹੜਾ ਲੁਧਿਆਣੇ ਦਾ, ਕਾਰ ਉਹਦੀ ਹੈ। ਐਸਮ ਜੈਨ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।